ਇੱਕ ਤੇਜ਼ ਰਫ਼ਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ ਜਿਸਨੇ ਕਿ ਇੱਕ ਪਿਕਅਪ ਗੱਡੀ ਨੂੰ ਟੱਕਰ ਮਾਰ ਦਿੱਤੀ। ਹਾਲਾਂਕਿ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ। ਕਿਹਾ ਜਾ ਰਿਹਾ ਕਿ ਜੋ ਕਾਰ ਸੀ ਉਹ ਕਾਫੀ ਜ਼ਿਆਦਾ ਤੇਜ਼ ਰਫ਼ਤਾਰ ਤੇ ਸੀ ਤੇ ਜਦੋਂ ਇਹ ਭਿਆਨਕ ਸੜਕ ਹਾਦਸਾ ਹੋਇਆ ਤਾਂ ਉਸ ਸਮੇਂ ਪਿਕਅਪ ਗੱਡੀ ਖਰਾਬ ਸੀ ਤੇ ਉਸ ਨੂੰ ਠੀਕ ਕੀਤਾ ਜਾ ਰਿਹਾ ਸੀ, ਪਰ ਅਚਾਨਕ ਹੀ ਪਿੱਛੋਂ ਆਈ ਤੇਜ਼ ਰਫ਼ਤਾਰ ਕਾਰ ਨੇ ਪਿਕਅਪ ਦੇ ਵਿੱਚ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ ਜੋ ਚਾਲਕ ਸੀ ਉਸਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਹਾਲਾਂਕਿ ਕਿਹਾ ਇਹ ਵੀ ਜਾ ਰਿਹਾ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਕਾਰ ਦੇ ਵਿੱਚੋਂ ਤੀ ਜੋ ਦੋ ਸ਼ਖਸ ਸੀ ਉਹ ਨਿਕਲ ਕੇ ਮੌਕੇ ਤੋਂ ਹੀ ਫਰਾਰ ਹੋ ਗਏ। ਹਾਲਾਂਕਿ ਉਹਨਾਂ ਦੀ ਹੁਣ ਭਾਲ ਜੋ ਹੈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ, ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਇਹ ਇੱਕ ਵੱਡਾ ਤੇ ਭਿਆਨਕ ਹਾਦਸਾ ਹੈ, ਕਿਉਂਕਿ ਜਿਸ ਤਰੀਕੇ ਦੀ ਟੱਕਰ ਹੋਈ ਹੈ ਦੋਵੇਂ ਗੱਡੀਆਂ ਦੇ ਪਰ ਖੱਚੇ ਤੱਕ ਉੱਡ ਗਏ ਨੇ, ਜਦਕਿ ਕਾਰ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਤਾਂ ਹਾਦਸਾ ਜਲੰਧਰ ਦੇ ਵਿੱਚ ਵਾਪਰਿਆ ਜਿੱਥੇ ਕਿ ਇੱਕ ਪਿਕਅਪ ਗੱਡੀ ਖਰਾਬ ਹੋਈ ਸੀ ਤੇ ਉਹ ਸੜਕ ਦੇ ਕਿਨਾਰੇ ਖੜੀ ਸੀ ਤੇ ਉਸ ਨੂੰ ਠੀਕ ਕੀਤਾ ਜਾ ਰਿਹਾ ਸੀ, ਪਰ ਅਚਾਨਕ ਹੀ ਪਿੱਛੋਂ ਆਈ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ। ਹਾਲਾਂਕਿ ਪਰਿਵਾਰਕ ਮੈਂਬਰਾਂ ਦਾ ਇਸ ਘਟਨਾ ਤੋਂ ਬਾਅਦ ਰੋ ਰੋ ਕੇ ਬੁਰਾ ਹਾਲ ਹੈ ਤੇ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਸਰ ਜੀ ਗੱਡੀ ਬਹੁਤ ਤੇਜ਼ ਆਉਂਦੀ ਸੀ, ਉਹ ਬਜ਼ੁਰਗ ਉਹਨਾਂ ਦੀ ਗੱਡੀ ਖਰਾਬ ਹੋਈ ਸੀ, ਉਹ ਮਾੜਾ ਜਿਹਾ ਕੰਮ ਕੁੰਮ ਕਰ ਰਹੇ ਗੱਡੀ ਦਾ ਅਤੇ ਉਹ ਮਾੜਾ ਜਿਹਾ ਟੱਕਿਆ ਲੋਏ, ਗੱਡੀ ਬਹੁਤ ਤੇਜ਼ ਆਉਂਦੀ ਸੀ, ਦੋਨੇ ਬੰਦੇ ਵਿਚਾਰੇ ਚੱਕ ਕੇ ਨਹੀਂ ਮਾਰੇ, ਇੱਕ ਬੰਦਾ ਉੱਥੇ ਮੌਕੇ 'ਤੇ ਮਾਰ ਦਿੱਤਾ ਸਰ ਜੀ, ਇੱਕ ਬੰਦਾ ਨਹੀਂ ਕਿਲੋਮੀਟਰ ਤੋਂ ਅੱਗੇ ਚੱਕ ਕੇ ਮਾਰਿਆ ਸਰ ਜੀ। ਅਤੇ ਘਰ ਦੇ ਆਏ, ਇਹਨਾਂ ਦਾ ਕੋਈ ਬੁੜਾ ਅਫਸਰ ਅਫਸਰ ਆ ਪਤਾ ਨਹੀਂ ਚਾਚਾ ਕੋਈ ਵੀ, ਉਹ ਆਣ ਕੇ ਇਹਨਾਂ ਨੂੰ ਲੈ ਗਏ, ਗੱਡੀ ਉਹਨਾਂ ਦੀ ਇੱਥੇ ਖੜੀ ਆ ਸਰ। ਸਰ ਕੁਛ ਪਤਾ ਲੱਗਾ ਇਹ ਜਿਹੜੀ ਗੱਡੀ ਕਿੱਥੇ ਦੀ, ਇਹ ਬੰਦੇ ਕੌਣ ਸੀਗੇ? ਇਹ ਸਰ ਜੀ ਗੱਡੀ ਹੈਗੀ ਇੱਧਰ ਦੀ ਬੂਟਾ ਮੰਡੀ ਵਾਲ ਦੀ। ਅੱਛਾ ਜੀ, ਹਾਂਜੀ ਸਰ। ਅਤੇ ਇਹਨਾਂ ਦਾ ਕੌਣ ਲੈ ਗਏ ਆ? ਇਹਨਾਂ ਦਾ ਕੋਈ ਪਤਾ ਨਹੀਂ ਅਫਸਰ ਆਇਆ ਜੀ, ਉਹਨਾਂ ਦੀ ਗੱਡੀ 'ਤੇ ਰੈੱਡ ਲਾਈਟ ਲੱਗੀ ਆ, ਨੋਵਾ ਗੱਡੀ ਆ ਸਰ ਜੀ, ਉਹ ਆਏ ਮੌਕੇ 'ਤੇ ਲੈ ਗਏ, ਉਹਨਾਂ ਨੂੰ ਚਲੇ ਗਏ ਇੱਥੋਂ। ਮੌਕੇ 'ਤੇ ਕੋਈ ਪੁਲਿਸ ਆਈ ਹੈ? ਨਹੀਂ ਹਲੇ ਨਹੀਂ ਸਰ ਜੀ ਕੋਈ ਪੁਲਿਸ ਆਈ, ਇਹ ਲੇਡੀਜ਼ ਦੇ ਨਾਂ 'ਤੇ ਗੱਡੀ ਆ, ਆਰ ਸੀ ਅਸੀਂ ਫੜ ਲਈ ਆ, ਕਾਗਜ਼ ਵੀ ਫੜ ਲਏ ਗੱਡੀ। ਗੱਡੀ 'ਚ ਕਿੰਨੇ ਜਣੇ ਸੀਗੇ? ਇਹ ਸਰ ਜੀ ਚਾਰ ਜਣੇ ਸੀਗੇ, ਠੀਕ ਆ, ਇਹ ਸਹੀ ਆ, ਇਹਨਾਂ 'ਤੇ ਕੋਈ ਨਹੀਂ ਸੱਟ ਸੁੱਟ ਲੱਗੀ, ਲੇਡੀਜ਼ ਵੀ ਸਹੀ ਸੀ ਜਿਹੜੇ, ਕਿਹਦੇ ਨਾਂ ਗੱਡੀ ਆ ਇਹ, ਠੀਕ ਆ ਜੀ, ਕਿਸੇ ਦੇ ਨਾਂ ਸੱਟ ਨਹੀਂ ਲੱਗੀ। ਉਹ ਬਜ਼ੁਰਗ ਉਹਨਾਂ ਦੇ ਨੇ ਮੌਕੇ 'ਤੇ ਟਾਇਰ ਚਾੜ ਦਿੱਤਾ, ਉੱਥੇ ਮਾਰ ਦਿੱਤਾ, ਜਿਹੜਾ ਮੂਹਰੇ ਆ ਸ਼ੀਸ਼ੇ ਦੇ ਫਰੰਟ 'ਤੇ, ਉਹ ਕਿਲੋਮੀਟਰ 'ਤੇ ਜਿਹੜਾ ਬਜ਼ੁਰਗ ਆ ਉਹ, ਇਹਨਾਂ ਦੀ ਡੈਥ ਹੋ ਚੁੱਕੀ ਆ? ਡੈਥ ਹੋ ਗਈ ਸਰ ਜੀ ਮੌਕੇ 'ਤੇ। ਸਾਲ ਤੱਕ ਕਿੰਨੀ ਦੇਰ ਹੋ ਗਈ ਪੁਲਿਸ ਨੂੰ ਇਨਫੋਰਮ ਕੀਤੇ ਹੋਏ? ਫੋਨ ਕੀਤਾ ਹੋਇਆ ਸਰ ਜੀ, ਘੰਟੇ ਦੇ ਉੱਤੇ ਹੋ ਗਿਆ ਇੰਸੀਡੈਂਟ ਹੋਏ ਨੂੰ। ਦੋ ਮੋਹਰੇ ਸੀ ਬੈਠੇ, ਉਹ ਚਲ ਗਏ, ਮੈਨੂੰ ਨਹੀਂ ਪਤਾ ਆਟੋ 'ਚ ਤਾਂ ਹੀ ਮੈਂ ਇੱਥੇ ਖੜਾ ਭਾਜੀ, ਆਪਣਾ ਰੌਲਾ ਨਹੀਂ ਵੀ ਤਾਂ ਮੈਂ ਪਿੱਛੇ। ਕੋਈ ਨਹੀਂ ਐਕਸੀਡੈਂਟ ਹੋਣਾ, ਹਾਂ ਦੇਖੋ ਅਗਲੇ ਦੀ ਜਾਨ ਗਈ, ਸਾਫ ਤਾਂ ਦੇਣਾ ਹੀ ਪੈਂਦਾ ਦੁੱਖ ਅਗਲੇ ਨੂੰ, ਆ ਪਰ ਜਾਣ ਦਾ ਫਾਇਦਾ ਹੀ, ਨੰਬਰ ਤੋਂ ਸਭ ਕੁਝ ਟਰੇਸ ਹੁੰਦਾ ਆ, ਮਸਲਾ ਫੜ ਕੇ ਹੀ ਹੱਲ ਹੋਣਾ ਆ। ਗੱਡੀ ਚਲੋ ਆਉਂਦੇ ਨਹੀਂ ਉੱਥੇ ਉਹਨਾਂ ਬੋਡੀ ਕਿਤਾ।